ਖੇਤੀ ਵਿਕਾਸ ਬੈਂਕ ਦੇ ਜ਼ਿਲ੍ਹਾ ਮੈਨੇਜਰ ਬੀਰ ਦਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਲਹਿਰਾ ਗਾਗਾ ਦੇ ਮੁਲਾਜ਼ਮ ਬੈਂਕ ਦੀ ਵਸੂਲੀ ਦੇ ਲਈ ਜਦੋਂ ਪਿੰਡ ਗੁਰਨੇ ਕਲਾਂ ਪਹੁੰਚੇ ਤਾਂ ਉੱਥੇ ਬੈਂਕ ਮੁਲਾਜ਼ਮਾਂ ਅਤੇ ਕਿਸਾਨ ਯੂਨੀਅਨ ਦੇ ਵਿਚਕਾਰ ਉਸ ਸਮੇਂ ਮਾਹੌਲ ਕਾਫੀ ਗਰਮ ਹੋ ਗਿਆ ਜਦੋਂ ਡਿਫਾਲਟਰ ਮੈਂਬਰ ਤੋਂ ਕਰਜ਼ੇ ਦੀ ਕਿਸ਼ਤ ਸੰਬੰਧੀ ਕਿਸਾਨ ਦੇ ਘਰ ਗਏ। ਕਿਸਾਨ ਯੂਨੀਅਨ ਦੇ ਮੈਂਬਰਾਂ ਨੇ ਇਹ ਕਹਿੰਦਿਆਂ ਘਿਰਾਓ ਕਰ ਲਿਆ ਕਿ ਬੈਂਕ ਮੁਲਾਜ਼ਮ ਡਿਫਾਲਟਰ ਕਿਸਾਨ ਨੂੰ ਗ੍ਰਿਫਤਾਰ ਕਰਨ ਦੇ ਲਈ ਆਏ ਹਨ। ਮੌਕੇ 'ਤੇ ਮੌਜੂਦ ਬੈਂਕ ਦੇ ਮੈਨੇਜਰ ਸੁਰਿੰਦਰ ਗਰਗ ਨੇ ਕਿਸਾਨ ਯੂਨੀਅਨ ਦੇ ਮੈਂਬਰਾਂ ਨੂੰ ਸਮਝਾਇਆ ਕਿ ਅਸੀਂ ਛੋਟੇ ਕਿਸਾਨਾਂ ਤੋਂ ਕਰਜ਼ੇ ਦੀ ਵਸੂਲੀ ਸੰਬੰਧੀ ਬਿਲਕੁਲ ਵੀ ਤੰਗ ਪਰੇਸ਼ਾਨ ਕਰਨ ਦੇ ਇਰਾਦੇ ਨਾਲ ਨਹੀਂ ਆਏ। ਸਿਰਫ ਵੱਡੇ ਰਸੂਖਦਾਰ ਅਤੇ ਕਿਸਾਨ ਜੋ ਸਭ ਕੁਝ ਹੁੰਦੇ ਹੋਏ ਵੀ ਜਾਣ ਬੁੱਝ ਕੇ ਬੈਂਕ ਦਾ ਪੈਸਾ ਨਹੀਂ ਮੋੜਦੇ ਉਹਨਾਂ ਦੇ ਖਿਲਾਫ ਹੀ ਅਸੀਂ ਗ੍ਰਿਫਤਾਰੀ ਵਾਰੰਟ ਜਾਰੀ ਕਰਵਾਉਂਦੇ ਹਾਂ। ਲਹਿਰਾ ਗਾਗਾ ਤੋਂ ਅਮਨ ਸਿੰਗਲਾ ਦੇ ਨਾਲ ਸ਼ੰਭੂ ਗੋਇਲ, ਆਜ਼ਾਦ ਟੀਵੀ। ਦੁਬਾਰਾ ਅਸੀਂ ਬੇਨਤੀ ਕਰਦੇ ਹਾਂ ਕਿ ਛੋਟੇ ਜ਼ਿਮੀਂਦਾਰਾਂ ਨੂੰ ਕਿਸੇ ਨੂੰ ਵੀ ਕੋਈ ਤੰਗ ਨਹੀਂ ਕੀਤਾ ਜਾਊ। ਅਸੀਂ ਉਹਨਾਂ ਨੂੰ ਜਸਟ ਅਪੀਲ ਕਰਦੇ ਹਾਂ ਕਿ ਉਹ ਆਪਣਾ ਬਣਦਾ ਬਕਾਇਆ ਜੋ ਵੀ ਹੈ ਉਹ ਭਰਨ, ਤਾਂ ਜੋ ਅਸੀਂ ਉਹਨਾਂ ਨੂੰ ਦੁਬਾਰਾ ਕਰਜ਼ਾ ਮੁਹੱਈਆ ਕਰਾ ਸਕੀਏ, ਕਿਉਂਕਿ ਬੈਂਕ ਨੇ ਵੀ ਅੱਗੇ ਕਿਸ਼ਤਾਂ ਮੋੜਨੀਆਂ ਨੇ ਆਪਣੀਆਂ, ਅਸੀਂ ਵੀ ਨਬਾਰਡ ਦੀਆਂ ਅੱਗੇ ਕਿਸ਼ਤ ਦੇਣੀ ਹੈ। ਜੇ ਉਹ ਆਪਣੇ ਆਪਣੀ ਕਿਸ਼ਤ ਭਰਨਗੇ ਤਾਂ ਅਸੀਂ ਅੱਗੇ ਉਹਨਾਂ ਨੂੰ ਮੁਹੱਈਆ ਲੋਨ ਮੁਹੱਈਆ ਕਰਾ ਸਕੀਏ। ਜਿਹੜਾ ਇਸ ਵਕਤ ਪਟਿਆਲਾ ਡਿਵੀਜ਼ਨ ਨੇ 578 ਕਰੋੜ ਰੁਪਈਆ, ਅਸੀਂ 578.42 ਕਰੋੜ ਰੁਪਏ ਦੀ ਗਵਾਹੀ ਕਰਨੀ ਹੈ, ਜਿਹਦੇ ਵਿੱਚੋਂ ਮਿਤੀ 4 ਤਾਰੀਖ 110 ਕਰੋੜ ਰੁਪਇਆ ਅਸੀਂ ਅੰਦਾਜ਼ਨ ਕਰਾਈ ਸਕੀਏ। ਕਾਫੀ ਲੰਬਾ ਹਲੇ ਸਾਡੇ ਕੋਲ ਕਾਫੀ ਪੈਸਾ ਕਰਾਉਣ ਵਾਲਾ ਹਲੇ ਵੀ ਬਕਾਇਆ, ਵਾਰੰਟ ਲਵਾਂਗੇ ਅਤੇ ਨਾ ਹੀ ਉਹਨਾਂ ਦੀ ਕੋਈ ਜ਼ਮੀਨ ਦੀ ਨਿਲਾਮੀ ਕਰਾਂਗੇ। ਧਰਨਾ ਕਿਵੇਂ ਚੁਕਵਾਇਆ ਗਿਆ ਜੀ? ਧਰਨਾ ਅਸੀਂ ਉਹਨਾਂ ਨੂੰ ਕਿਹਾ ਕਿ ਸਾਡਾ ਕਿਹੜਾ ਤੁਹਾਡੇ ਨਾਲ ਕੋਈ ਨਿੱਜੀ ਤਾਂ ਹੈ ਨਹੀਂ। ਉਹਨਾਂ ਨੇ ਇਸ ਗੱਲ ਨੂੰ ਮੰਨਿਆ ਕਿ ਹਾਂ ਅਸੀਂ ਕੋਈ ਮੁਲਾਜ਼ਮਾਂ ਦੇ ਐਂਟੀ ਨਹੀਂ ਹੈਗੇ। ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਜਿਹੜੇ ਵਾਅਦੇ ਸੀ ਅਸੀਂ ਉਹਨਾਂ ਦੇ ਕਾਰਨ ਆ, ਫਿਰ ਅਸੀਂ ਉਹਨਾਂ ਨੂੰ ਸਮਝਾਇਆ ਕਿ ਅਸੀਂ ਕਿਸੇ ਵੀ ਛੋਟੇ ਜਾਂ ਮਾਰਜਨਲ ਫਾਰਮਰ ਅਤੇ ਅਸੀਂ ਕੋਈ ਇਹੋ ਜਿਹਾ ਗਲਤ ਮਤਲਬ ਬਰੰਟ ਜਾਂ ਸੇਲ ਨਿਲਾਮੀ ਨਹੀਂ ਰੱਖਾਂਗੇ ਅਤੇ ਨਾ ਹੀ ਤੰਗ ਕਰਾਂਗੇ ਅਸੀਂ।